अपने घर परदेसियां वांगू परतण दा एहसास क्यों है। मैं संताली मगरों जम्मिया मेरे पिंडे लास क्यों है। शहर लाहौर च आके जे ननकाने भी मैं जा नहीं सकदा ता गल वकड़ी पाके मिलदा सतलुज नाल ब्यास क्यों है। इको फांसी इको गोली रहमत अली सराबा बिस्मिल आजादी तो मगरों साडा वखो वख इतिहास क्यों है। सीना दिल्ली वर के एक बार सीना ਉਹ ਜਿਹੜਾ ਵਣ ਪਾਪਾ ਜੀ ਦੱਸਦੇ ਹੁੰਦੇ ਸੀ ਵੀ ਮੈਂ ਵਣ ਕੋ ਰਿੜ ਕੇ ਜਾਂਦਾ ਨਾ ਨਿਗਾਹ ਜਿਹਾ ਤੇ ਵਣ ਬਾਹਰ ਹੁੰਦਾ ਸੀ ਤੇ ਫਿਰ ਚੁੱਕ ਕੇ ਲਿਆਉਣਾ ਵੀ ਮਤਲਬ ਘਰੋਂ ਬਾਹਰ ਆ ਜਾਣਾ ਇਦੋਂ ਮਤਲਬ ਇਦੋਂ ਗੇਟ ਪਿੱਛੇ ਸੀ ਸਾਡਾ ਸ਼ਹਿਰ ਲਾਹੌਰ ਚ ਖਾਸ ਕਿਉਂ ਹੈ। ਕੋਈ ਨਿਸ਼ਾਨੀ ਸਾਡੀ ਕੋਲ ਪਈ ਉਹਨਾਂ ਦਾ ਕੋਈ ਹੈਗਾ ਵਾ ਤੁਹਾਡੇ ਕੋਲ ਕੋਈ ਨਿੱਕੀ ਮੋਟੀ ਕੋਈ ਚੀਜ਼ ਹੀ ਹੋਵੇ ਕੋਈ ਕੋਈ ਮੁਸ਼ਕਿਲ ਨਹੀਂ ਹੈ ਬਿਨਾਂ ਕਸੂਰੋਂ ਪੀ ਨਹੀਂ ਸਕਦਾ हर वारी होठां ते आउंदी अजब तरह दी प्यास क्यों है। वारिस दे जंडियाले बैठे मस्त औलिया हीर सुनाउंदे रांझण यार फकीरां नूं ए फिर मिलने दी आस क्यों है। साडे पिंड दी संती वर्गा मेला सूटिए नाइता पाया पौनी सदी गवाचण मगरों रावी पार लिबास क्यों है। हाय पौनी सदी गवाचण मगरों ਰਾਵੀ ਪਾਰ ਲਿਵਾਸ ਕਿਉਂ। ਸਲਾਮ ਅਲੈਕੁਮ ਦੋਸਤੋ, ਸਤਿ ਸ਼੍ਰੀ ਅਕਾਲ। ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਾਡੇ ਕੋਲ ਦੋਸਤ ਆਏ ਨੇ ਜੱਜੇਆਣੀ ਪਿੰਡ ਤੋਂ, ਚੜ੍ਹਦੇ ਪੰਜਾਬ ਤੋਂ, ਪਰਮਜੀਤ ਸਿੰਘ ਜੱਜੇਆਣੀ ਸਾਹਿਬ। ਅਸੀਂ ਹੁਣ ਇਸ ਵੇਲੇ ਪਹੁੰਚੇ ਹਾਂ ਸਜਾਦਾ ਪੰਮੀਪੁਰ ਕ੍ਰਾਸ ਕਰਨ ਡੇ। ਅਸੀਂ ਜਾਂਦੇ ਵੀ ਇਹਨਾਂ ਦਾ ਪਿਛਲਾ ਪਿੰਡ ਸੀ 50 ਜੀਂਬੇ ਬੋੜੇਵਾਲ। ਬੋੜੇਵਾਲ ਦੀ ਜੇ ਗੱਲ ਕਰੀਏ ਤਾਂ ਬੋੜੇਵਾਲ ਬੜਾ ਪੁਰਾਣਾ ਪਿੰਡ ਆ। ਇੱਥੇ ਨਾਲ ਨਾਲ ਪੈ ਜਾਂਦਾ ਮਨਸੂਰਾਂ, ਸਿੱਧਵਾਂ, ਮੁੰਡਾ ਪਿੰਡ, ਬਾਠਾਂ, ਆਲੇ ਦੁਆਲੇ ਜਿਹੜੇ ਇਹਦੇ ਇਹ ਪਿੰਡ ਪੈਂਦੇ ਨੇ ਅਤੇ ਇਹਨਾਂ ਦੇ ਫੋਰ ਫਾਦਰਸ ਦਾ ਪਿੰਡ ਆ ਅਤੇ ਇਹਨਾਂ ਨੂੰ ਲੈ ਕੇ ਚੱਲੇ ਹਾਂ ਪਿੰਡ। ਜਜਾਣੀ ਸਾਹਿਬ, ਕਿਵੇਂ ਦੀਆਂ ਫੀਲਿੰਗਸ ਨੇ ਅੱਜ ਫਿਰ ਪਿੰਡ ਜਾ ਰਹੇ ਹਾਂ? ਬੋੜੇਵਾਲ ਰਹਿ ਗਿਆ ਇੱਥੋਂ 2 ਕਿਲੋਮੀਟਰ ਬਸ ਜੀ। ਫੀਲਿੰਗ ਇਹ ਸਿਰਫ ਮੈਂ ਮਹਿਸੂਸ ਹੀ ਕਰ ਸਕਦਾ ਹਾਂ, ਤੁਹਾਨੂੰ ਦੱਸ ਨਹੀਂ ਸਕਦਾ ਵੀ ਮਤਲਬ ਇਹ ਮੇਰੀਆਂ ਕੀ ਫੀਲਿੰਗਾਂ ਵਾ। ਇਹ ਜਨਮ ਤੋਂ ਜਦੋਂ ਤੋਂ ਮੈਂ ਛੋਟਾ ਹਾਂ ਅਤੇ ਇਹ ਆਪਣੇ ਪੰਜਾਬੀ ਕਲਚਰ ਦੇ ਵਿੱਚ ਆ ਵੀ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ ਦਾਦਾ ਦਾਦੀ, ਉਹ ਸ਼ਾਮ ਨੂੰ ਨਾ ਹਮੇਸ਼ਾ ਜਦੋਂ ਨਿਆਣੇ ਨੇ ਸੌਣਾ ਨਾ ਅਤੇ ਉਹਨਾਂ ਨੇ ਕਹਿਣਾ ਵੀ ਆਓ ਤੁਹਾਨੂੰ ਬਾਤ ਸੁਣਾਵਾਂ, ਅਤੇ ਉਹ ਅਸੀਂ ਨਿੱਕੇ ਨਿੱਕੇ ਹੁੰਦੇ ਬਾਤਾਂ ਸੁਣਦੇ ਆਏ ਬੋੜੇਵਾਲ ਵੀ ਅਸੀਂ ਕਿਸ ਤਰ੍ਹਾਂ ਆਏ, ਕਿਸ ਤਰ੍ਹਾਂ ਮਤਲਬ ਉਹ ਪਾਰਟੀਸ਼ਨ ਦੇ ਵੇਲੇ ਕਿੰਨਾ ਮਤਲਬ ਦੁੱਖ ਮਹਿਸੂਸ ਹੋਇਆ। ਔਰ ਉਦੋਂ ਸਾਨੂੰ ਸਮਝ ਨਹੀਂ ਸੀ ਅਤੇ ਦਾਦਾ ਸਾਡਾ ਮਰ ਗਿਆ। ਉਹ ਮੈਨੂੰ ਅੱਜ ਸਵੇਰ ਦਾ ਮੈਨੂੰ ਆਪਣੇ ਪਿਓ ਦੇ ਜਨਮ ਨਾਲੋਂ ਮੈਨੂੰ ਨਾ ਆਪਣੇ ਦਾਦੇ ਦਾ ਚੇਤਾ ਆਈ ਜਾਂਦਾ ਵੀ ਉਹ ਸਾਰੀ ਉਮਰ ਤਰਸਦਾ ਹੀ ਮਰ ਗਿਆ ਇਹ ਗੱਲ ਵੀ ਮੈਂ ਉੱਥੇ ਬੋੜੇਵਾਲ ਜਾਣਾ, ਮੈਂ ਬੋੜੇਵਾਲ ਜਾਣਾ ਵਾ। ਅਤੇ ਸਾਡੀ ਉਦੋਂ ਪਹੁੰਚਣੀ ਸੀ, ਕੁਛ ਹਕੂਮਤਾਂ ਨੇ ਇਹ ਮਤਲਬ ਕਈ ਇਹਨਾਂ ਦੀਆਂ ਆਪਣੀਆਂ ਮਤਲਬ ਅੜਚਣਾ ਸੀ ਅਤੇ ਉਹਦੇ ਕਰਕੇ ਅੱਜ ਉਹ ਮੈਨੂੰ ਆਪਣੇ ਦਾਦੇ ਦਾ ਵਾਰ ਵਾਰ ਚੇਤਾ ਆਈ ਜਾਂਦਾ ਵੀ ਕਾਸ਼ ਜੇ ਕਿਤੇ ਅੱਜ ਉਹ ਮੇਰੇ ਨਾਲ ਹੁੰਦਾ। ਅਤੇ ਫਿਰ ਪਤਾ ਲੱਗਦਾ ਵੀ ਅਸੀਂ ਆਪਣੇ ਬੋੜੇਵਾਲ ਪਿੰਡ ਚੱਲੇ ਹਾਂ। ਔਰ ਇੱਕ ਅਜੇ ਸਾਡੇ ਪਿੰਡ ਬਜ਼ੁਰਗ ਹੈਗਾ ਵਾ, ਉਹ 17 ਸਾਲਾਂ ਦਾ ਸੀ ਜਦੋਂ ਉੱਥੇ ਗਿਆ ਬੋੜੇਵਾਲ ਤੋਂ ਗਿਆ ਵਾ, ਉਹ ਜਾਗਰ ਸਿੰਘ ਉਹਦਾ ਨਾਮ ਆ ਔਰ ਉਹ ਮਜ਼ਬੀ ਸਿੰਘ ਸੀ। ਅਤੇ ਉਹਨਾਂ ਹੁਣ ਮੈਂ ਉਹਦਾ ਪਾਸਪੋਰਟ ਬਣਾ ਕੇ ਨਾ ਅਤੇ ਉਹਨੂੰ ਲੈ ਕੇ ਆਉਣਾ, ਉਹ ਕਹਿੰਦਾ ਵੀ ਮੈਨੂੰ ਉੱਥੇ ਲੈ ਜਾਈ, ਮੇਰੀਆਂ ਅੱਖਾਂ ਬੰਨਦੀ ਅਤੇ ਗਲੀ ਗਲੀ ਮੈਂ ਦੱਸੂ ਤੁਹਾਡਾ ਘਰ, ਮੈਨੂੰ ਨਹਿਰ ਦੇ ਪੁੱਲ 'ਤੇ ਆਉਂਦਾ ਖਿਲਾੜ ਦੀ ਅਤੇ ਅੱਖਾਂ ਬੰਨਦੀ ਆਉਂਦਾ ਅਤੇ ਮੈਂ ਲੈ ਕੇ ਜਾਊਂ ਆਉਂਦਾ ਤੁਹਾਨੂੰ ਤੁਹਾਡੇ ਘਰ ਵੀ ਲੈ ਕੇ ਜਾਊਂ ਅਤੇ ਆਪਣੇ ਘਰ ਵੀ ਲੈ ਕੇ ਜਾਊਂ। ਉਹਨੂੰ ਹੁਣ ਮੈਂ ਲੈ ਕੇ ਆਉਣਾ ਵਾ, ਉਹੀ ਇੱਕ ਬਜ਼ੁਰਗ ਜਿਹੜਾ ਵਾ ਨਾ ਉਹ ਜੀਂਦਾ, ਉਹਦੀ ਕੋਈ ਉਮਰ 90 ਸਾਲ ਤੇ ਨਹੀਂ ਗਿਆ। ਲੱਭਣਾ ਆਪਣਾ ਵੀ ਕਿੱਥੇ ਸੀ ਘਰ? ਬਿਲਕੁਲ ਉਹ ਮਤਲਬ
ਮੈਂ ਇੱਥੇ ਕੋਈ ਰਾਬਤਾ ਕੀਤਾ ਸੀ ਜੀ ਤੇ ਉਹਨਾਂ ਨੇ ਇੱਕ ਕਹਿੰਦੇ ਵੀ ਇੱਕ ਰਾਈਫਲ ਕੋਈ ਲੱਕੜ ਦੀ ਬੜੀ ਵਧੀਆ ਕਰੀ ਉਹ ਤੁਹਾਡੇ ਘਰੋਂ ਲੱਭੀ ਆ ਇੱਕ ਸੰਦੂਕ ਸੀ ਕੋਈ ਉਹ ਆਂਦੇ ਸੀ ਵੀ ਤੁਹਾਨੂੰ ਹੋਰ ਵੀ ਨਿਸ਼ਾਨੀਆਂ ਦੱਸਾਂਗੇ ਵੀ ਇੱਥੇ ਹੈਗੀਆਂ ਵਾ ਤੇ ਇਹ ਮੈਂ ਅੱਜ ਤੁਹਾਡੇ ਚੈਨਲ ਦਾ ਤੇ ਤੁਹਾਡਾ ਮਤਲਬ ਮੇਰੇ ਕੋਲ ਅਲਫਾਜ਼ ਹੀ ਨਹੀਂ ਹੈਗੇ ਨਾ ਮੈਂ ਉਹ ਬਿਆਨ ਕਰ ਸਕਦਾ ਵਾਂ ਤੇ ਨਾ ਹੀ ਤੁਸੀਂ ਉਹ ਮਹਿਸੂਸ ਕਰ ਸਕਦੇ ਜੀ ਜੋ ਮੇਰੇ ਅੰਦਰ ਆ ਨਾ ਮਤਲਬ ਉਹ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਵੀ ਵੀ ਕਿਹੜੇ ਤਰੀਕੇ ਨਾਲ ਮੇਰਾ ਦਿਲ ਤੁਹਾਨੂੰ ਦੁਆਵਾਂ ਦੇਣ ਡਿਆ ਔਰ ਮੈਂ ਇਹ ਵੀ ਸੋਚਣ ਡਿਆ ਵਾਂ ਵੀ ਇਹ ਤੁਸੀਂ ਸਾਨੂੰ ਇੰਨਾ ਲਾਗੇ ਕਰਤਾ ਵਾ ਜਦੋਂ ਤੋਂ ਤੁਸੀਂ ਇਹ ਪੰਜਾਬੀ ਲਹਿਰ ਸ਼ੁਰੂ ਕੀਤਾ ਵਾ ਔਰ ਬਹੁਤ ਹੀ ਗਲਤ ਫਹਿਮੀਆਂ ਦੁਨੀਆਂ ਦੀਆਂ ਜਿਹੜੀਆਂ ਨਾ ਉਹ ਦੂਰ ਕਰਤੀਆਂ ਜਿਹੜੀਆਂ 47 ਵੇਲੇ ਸੀ ਉਹ ਮਤਲਬ ਇਹੋ ਜਿਹੀਆਂ ਜੇ ਕਿਸੇ ਨਾਲ ਕੋਈ ਵਾਕਿਆ ਹੋਇਆ ਹੋਵੇ ਨਾ ਤੇ ਤੁਸੀਂ ਉਹ ਵੀ ਭੁਲਾ ਦਿੱਤਾ ਵਾ ਉਹ ਸਾਰਾ ਕੁਛ ਹੀ ਤੁਸੀਂ ਭੁਲਾ ਦਿੱਤਾ ਵਾ ਔਰ ਬਿਲਕੁਲ ਦੱਸਤਾ ਵੀ ਪੰਜਾਬੀ ਜਿਹੜੇ ਉਹ ਕਿਸ ਤਰ੍ਹਾਂ ਰਹਿੰਦੇ ਸੀ ਕਿਸ ਤਰ੍ਹਾਂ ਵਾ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਮਤਲਬ ਜਿਸ ਤਰ੍ਹਾਂ ਤੁਸੀਂ ਉਜਾਗਰ ਕੀਤਾ ਵਾ ਨਾ ਸਾਰੀ ਦੁਨੀਆਂ ਦੇ ਸਾਹਮਣੇ ਤੁਹਾਡਾ ਦੇਣ ਨਹੀਂ ਦਿੱਤਾ ਜਾ ਸਕਦਾ ਵੀ ਗੱਲ ਵਿੱਚ ਹੀ ਘਟਦਾ ਜੀ ਆਹ ਸਾਹਮਣੇ ਨਹਿਰ ਦਾ ਆ ਗਿਆ ਪੁਲ ਆਹ ਗੱਡੀ ਲੰਘਣ ਡਈ ਇੱਥੇ ਕੋਈ ਅੰਗਰੇਜ਼ਾਂ ਦੀ ਕੋਠੀ ਆ ਹੈ ਬਿਲਕੁਲ ਬੰਗਲਾ ਬੰਗਲਾ ਉਹ ਸਾਡੇ ਬਾਪੂ ਜੀ ਦੱਸਦੇ ਹੁੰਦੇ ਸੀ ਵੀ ਉਹ ਉੱਥੇ ਕੋਠੀ ਸੀ ਅੱਛਾ ਇਹ ਬੋੜੇਵਾਲ ਆ ਗਏ ਆ ਅਸੀਂ ਬੋੜੇਵਾਲ ਪੁਲ ਤੇ ਆ ਗਏ ਆ ਆ ਨਹਿਰ ਆ ਗਈ ਬੋੜੇਵਾਲ ਦੀ ਆ ਮੇਰਾ ਖਿਆਲ ਪਿੱਪਲ ਵੀ ਉਦੋਂ ਦਾ ਹੀ ਆ ਪਿੱਪਲ ਵੀ ਪੁਰਾਣਾ ਹੀ ਪਿੱਪਲ ਪੁਰਾਣਾ ਹੀ ਆ ਇਹ ਆ ਗਏ ਆ ਭਾਈ ਸਾਹਿਬ ਆ ਗਏ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ ਤਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ ਦਿੱਲੀ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਉਹੀ ਮਿਕਨਾ ਤੀਸੀ ਖਿੱਚਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਹੈ ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ ਹਰ ਵਾਰੀ ਹੋਂਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ ਵਾਰਿਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ ਰਾਂਝਣ ਯਾਰ ਫਕੀਰਾਂ ਨੂੰ ਇਹ ਪਿਰ ਮਿਲਣੇ ਦੀ ਆਸ ਕਿਉਂ ਹੈ ਸਾਡੇ ਪਿੰਡ ਦੀ ਸੰਤੀ ਵਰਗਾ ਮੇਲਾ ਸੂਟ ਇਨਾਇਤਾਂ ਪਾਇਆ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ
ਦਾਦਾ ਜੀ ਆ ਠੀਕ ਹੈ ਇਹ ਮਤਲਬ ਉਥੋਂ ਪੱਤੂ ਪੀਲੇ ਤੋਂ ਹਾਂ ਜੀ ਆ ਸਾਡੇ ਪਿਤਾ ਜੀ ਜਿੰਨਾ ਦੇ ਉਦੋਂ ਦਾ 7 ਸਾਲ ਉਮਰ ਸੀ ਕਿੰਨੀ ਉਮਰ ਸੀ ਇਹਨਾਂ ਦੀ 7 ਸਾਲ ਇਹਨਾਂ ਸੋਣੀ ਮੇਰਾ ਗਿਆ ਨਾ ਹਾਂ ਅੱਛਾ ਅੱਛਾ ਇਹਨਾਂ ਦਾ ਇੱਕ ਭਾਈ ਆ ਦਾਦਾ ਜੀ ਦਾ ਉਹਨਾਂ ਉਧਰ ਘਰ ਪਾਇਆ ਸੀ ਉਹਨਾਂ ਦਾ ਆ ਬੇਟਾ ਅੱਛਾ ਅੱਛਾ ਹਾਂ ਜੀ ਠੀਕ ਹੈ ਅੱਛਾ ਇਹ ਉਥੋਂ ਇਹ ਫਿਰ ਇੱਥੇ ਮਤਲਬ ਇਹ ਕਦੋਂ ਚੜਾਈ ਕੀਤੀ ਇਹਨਾਂ ਨੇ ਜਦੋਂ ਤੁਸੀਂ ਆਏ ਕਿਦੋਂ ਪਹੁੰਚਦੇ ਭਲਾ ਦਾਦਾ ਜੀ ਕਿਹੜੇ ਸਾਲ ਚ ਦਾਦਾ 85-86 ਫੌਜ ਹੋਏ ਅੱਛਾ ਇਹ ਵੀ ਬੜੇ ਤਰਸਦੇ ਰਹੇ ਹੋਣੇ ਉੱਥੇ ਪੱਤੂ ਪੀਲੇ ਜਾਣ ਹਾਂ ਜੀ ਬੜਾ ਨਾਮ ਨੇ ਪੱਤੂ ਪੀਲੇ ਦਾ ਨਾ ਸਾਡਾ ਇੱਕ ਬਾਬਾ ਹੈਗਾ ਜਿਹੜਾ ਕਿੰਨੀ ਉਮਰ ਸੀ ਜਦੋਂ ਤੁਸੀਂ ਉੱਥੋਂ ਆਏ ਜੀ ਮੈਂ 8ਵੀਂ ਜਮਾਤ ਚ ਪੜ੍ਹਦਾ ਸੀ ਉਦੋਂ ਜੀ ਵਾਹ ਮਤਲਬ 12-14 ਸਾਲ ਦੇ ਜੀ ਹਾਂ ਪਹਿਲੋਂ ਪੜ੍ਹਦੇ ਰਹੇ ਹਾਂ ਅਸੀਂ ਉੱਥੇ ਲੈ ਕੇ ਨਹੀਂ ਨਹੀਂ ਚਾਰ ਜਮਾਤਾਂ ਤੇ ਅਸੀਂ ਪਹਿਲੋਂ ਹੀ ਪੜ੍ਹੀਆਂ ਅੱਛਾ ਪੜ੍ਹੀ ਆਏ ਨਹੀਂ ਹਲੇ ਜੀ ਅਸੀਂ ਚਵਿੰਡੇ ਚਵਿੰਡੇ ਚਵਿੰਡਾ ਨਾਲ ਹੀ ਆ ਤੁਹਾਡੇ ਸਾਰੇ ਪਿੰਡਾਂ ਨਹੀਂ ਜਿਹੜੀ ਜੇ ਮੈਂ ਕਹੂੰਗਾ ਕਿ ਹੋਰ ਕਿਤੇ ਦਾ ਤਾਂ ਮੈਨੂੰ ਪਤਾ ਨਹੀਂ ਮਗਰ ਹਿੰਦੁਸਤਾਨ ਪਾਕਿਸਤਾਨ ਯੇ ਇਹਨੇ ਸਾਰੀ ਬੜੀ ਤਰੱਕੀ ਕੀਤੀ ਆ ਇੱਥੇ ਆ ਜਿਹੜਾ ਅੱਜ ਨੂੰ ਬੋੜੇਵਾਲ ਚਾਹੀਦਾ ਇਹ ਇੰਨਾ ਕੁ ਸੀ ਅਤੇ ਹੁਣ ਇਹ ਕਰਕੇ ਗਰਦਨ ਚੁੱਕੋ ਤਾਂ ਪਤਾ ਨਹੀਂ ਚੱਲਦਾ ਵੀ ਕਿਧਰ ਨੂੰ ਮਕਾਨ ਚਲੇ ਗਏ ਆ ਅਤੇ ਉਹ ਯੇ ਅਤੇ ਉਹ ਜਣੀ ਸਾਹਿਬ ਖਾਹਿਸ਼ ਨੂੰ ਲੱਗਦਾ ਪੂਰੀ ਹੋ ਗਈ ਘਰ ਉਸ ਦਰਵਾਜ਼ੇ 'ਤੇ ਪਹੁੰਚ ਗਏ ਜਿੱਥੇ ਵੱਡੇ ਰਹਿੰਦੇ ਉਹ ਬੂਹੇ 'ਤੇ ਖਲੋਤੇ ਹੈ ਕਿਸ ਤਰ੍ਹਾਂ ਦਾ ਕੀ ਫੀਲਿੰਗ ਨੇ ਕੀ ਮਹਿਸੂਸ ਹੋ ਰਿਹਾ ਕੋਈ ਸਮਝ ਹੀ ਨਹੀਂ ਆਉਣ ਡਈ ਵੀ ਕੀ ਤੁਹਾਨੂੰ ਮਤਲਬ ਬਾਅਦ ਇੱਥੇ ਜ਼ਿਆਦਾ ਘਰ ਹੋਣੇ ਆ ਨਾ ਇੱਕੋ ਘਰ ਹੋਣਾ ਹੁਣ ਬਹੁਤ ਜ਼ਿਆਦਾ ਘਰ ਵਣ ਪਾਪਾ ਜੀ ਦੱਸਦੇ ਹੁੰਦੇ ਮੈਂ ਵਣ ਰਿੜ ਕੇ ਜਾਣਾ ਨਾ ਨਿਗਾਹ ਜਿਹਾ ਤੇ ਵਣ ਬਾਹਰ ਹੁੰਦਾ ਸੀ ਫਿਰ ਚੁੱਕ ਕੇ ਲਿਆਉਣਾ ਵੀ ਮਤਲਬ ਘਰੋਂ ਬਾਹਰ ਆ ਜਾਣਾ ਇਹਦੋ ਮਤਲਬ ਇਹਦੋ ਗੇਟ ਪਿੱਛੇ ਸੀ ਸਾਡਾ ਸਾਰੀ ਗੱਲ ਇੰਨਾ ਟਾਈਮ ਹੋ ਗਿਆ ਘਰ ਤੁਸੀਂ ਬਦਲਦੇ ਬਣਦੇ ਅੱਗੋਂ ਬਿਲਕੁਲ ਸਮੇਂ ਦੇ ਨਾਲ ਸਭ ਕੁਛ ਬਦਲਦਾ ਜਾਂਦਾ ਪਰ ਬੜੀ ਖੁਸ਼ੀ ਬਹੁਤ ਆਨੰਦ ਆਇਆ ਵਾ ਕੋਈ ਚੀਜ਼ ਇੱਕ ਅੱਧੀ ਕੋਈ ਹੈਗੀ ਆ ਪੁਰਾਣੀ ਕੁਛ ਇਹਨਾਂ ਦੇ ਘਰ ਇਹਨਾਂ ਨੂੰ ਭੈਣ ਜੀ ਨੂੰ ਵੀ ਕੁਛ ਸ਼ਾਇਦ ਪਤਾ ਹੋਵੇ ਵੀ ਕੋਈ ਆਉਂਦੇ ਬਕਸਾ ਜਾਂ ਕੁਛ ਇੱਥੇ ਕੁਛ ਵਿਆਹ ਸੀ ਉਹ ਸਾਡਾ
ਜਦੋਂ ਪਾਰਟੀਸ਼ਨ ਹੋਈ ਉਦੋਂ ਦੇ ਅਸੀਂ ਇੱਥੇ। ਤੁਹਾਡੀ ਉਮਰ ਕਿੰਨੀ ਆ ਹੁਣ? ਮੇਰੀ 14 ਤੇ 48 ਪਤਾ। ਅੱਛਾ ਠੀਕ ਹੈ ਠੀਕ ਹੈ। 14 ਮਤਲਬ ਸਾਲ ਕੁ ਬਾਅਦ ਹੀ ਆ ਫਿਰ ਤੇ ਤੁਹਾਨੂੰ ਤੇ ਸਾਡਾ ਕੋ ਉਦੋਂ ਦਾ ਹੈਗਾ ਸਭ ਕੁਝ ਹੈਗਾ ਸੀ। ਉਹ ਇੱਕ ਕੋਠਾ ਉਹ ਜਿਹੜਾ ਪਿਆ ਉਹ ਉਦੋਂ ਦਾ ਬਣਿਆ, ਬਾਕੀ ਆ ਸਾਰੇ ਘਰ ਤੋਂ गेटो बार मैं आ जाना ना वन का जरा दरख्त जो होर होगा इसको अलावा कोई बार होगा जिथे बार बुआ नी हां पहले कमरे किथे किथे पहला कमरा सब तो वड्डा कमरा आ सी इत्थे पिलर कढ़िया है पिलर हुंदा बहुत बड़ा मिट्टी दा मिट्टी दा हां जी एक छतीर इधर सी एक उधर सी उत्ते गटू पाया सी ऐसे ये पूरा कमरा जरा क्यों मर रहा था कमरा फिर इतने इसको दही डैडी मेरे का जन्म इतने दही अंदर को चार मरले का कमरा ये जी आ सारा ही चार मरले ने आजकल कार हम दे ये सारा आ जरा मतलब है इतने का तो कमरा सी ठीक है आ सारा कोई बालन जो बाले थी ना बाले बूले नहीं कोई अपना बेरी का कोई करीर का कोई इस तरह बाण का ये पाए इस उन्होंने किले जलाए हुए इस तरह आओ कोई निशानी साड़ी को पई उदों दा को हैगा वा तुहाडे कोल कोई निक्की मोटी कोई चीज ही होगी कोई कोई कुछ करी है अरे चले पुराना हाँ जी हाँ मिट्टी आई किन्नी बार इतने कम से कम 10-10 फुट पत्ती पै गई ਨਹੀਂ ਨਹੀਂ ਕੋਈ ਉਦੋਂ ਦਾ ਘਰ ਕੁੱਟਿਆ ਕੋਈ ਲੱਕੜ ਤਿੰਬੜ ਕੋਈ ਚੀਜ਼ ਉਸ ਇੱਕ ਮੋਜਨਾ ਜਾਂ ਫਿਰਦਾ ਹੁੰਦਾ ਸੀ ਉਹ ਮੈਂ ਵੇਖਣਾ ਜੇ ਕਿਤੇ ਲੱਭ ਗਿਆ ਵੇਖੋ ਹਾਂ ਲੱਭੋ ਹਾਂ ਜੇ ਲੱਭ ਉਧਰ ਆ ਅੱਛਾ ਵੇਖੋ ਹਾਂ ਲੱਭੋ ਜੇ ਕੋਈ ਚੀਜ਼ ਹੀ ਦੇ ਦੋ ਹਾਂ ਜੇ ਕੋਈ ਉਹ ਜਿਹੜਾ ਮੋਜਨਾ ਮਾਜਨਾ ਚੱਲ ਆ ਵੀ ਉਹ ਇੱਕ ਤਾਂ ਕੋਈ ਲੱਕੜ ਦੀ ਬੰਦੂਕ ਵੀ ਹੁੰਦੀ ਸੀ ਇੱਕ ਲੱਕੜ ਦੀ ਬੰਦੂਕ ਹੁੰਦੀ ਸੀ ਬਿਲਕੁਲ ਉਹਦਾ ਪਤਾ ਨਹੀਂ ਕਿਸੇ ਵੀ ਉਹਦੇ ਉੱਤੇ ਕਵਰ ਚਾੜਿਆ ਹੁੰਦਾ ਸੀ समान पा पर खाने जाड़ा
ਹਾਂ ਜੀ ਆ ਜੀ ਉਹ ਰੇਤੀ ਉਹ ਤੁਹਾਡੇ ਟਾਈਮ ਦੀ ਹੈ ਦੋ ਤਿੰਨ ਇੱਕ ਮੋਜਰਾ ਇੱਕ ਰੇਤੀ ਦੇ ਕੰਕੀ ਇੱਥੇ ਨੇ ਫੜਵਾ ਦਿਓ ਇਹ ਜਿਹੜੇ ਟੋਕੇ ਟਾਕੇ ਰਗੜਦੇ ਨੇ ਆ ਰੇਤੀ ਅਜੇ ਵੀ ਬੜੀ ਜ਼ਿਆਦਾ ਵਧੀਆ ਹਾਲਤ ਹੁੰਦੀ ਹੈ ਪੁਰਾਣੇ ਜ਼ਮਾਨੇ ਦੀ ਹੋ ਗਏ ਬਿਲਕੁਲ ਹੀ ਨਵੀਂ ਆ ਭੱਠਾ ਜਿਹੜਾ ਉਦੋਂ ਦਾ ਮਨ ਚ ਚਾਹ ਹੋਵੇ ਨਾ ਤੇ ਕੋਈ ਨਾ ਕੋਈ ਲੱਭ ਹੀ ਪੈਂਦਾ ਮੇਰਾ ਮੁੱਲ ਮੁੜ ਗਿਆ ਅੱਜ ਮੈਂ ਕੋਈ ਨਾ ਕੋਈ ਲੈ ਤੇ ਲਿਆ ਬਸ ਠੀਕ ਹੈ ਬੜੀ ਆ ਬੜੀ ਆ ਅਸੀਂ ਆਪਣੇ ਘਰ ਜਾ ਕੇ ਹੁਣ ਉੱਥੇ ਪਾਵਾਂਗੇ ਇਹ ਨਾ ਹੁਣ ਜਦੋਂ ਨੈਕਸਟ ਆਉਣਾ ਨਾ ਦੋ ਤਿੰਨਾਂ ਦਿਨਾਂ ਦਾ ਟਾਈਮ ਮਿਲ ਤੁਹਾਡੀ ਜੋ ਸੇਵਾ ਕਰਨ ਸੇਵਾ ਆ ਜਿਹੜੀ ਤੁਸੀਂ ਕਰਤੀ ਨਾ ਬੜੀ ਵਧੀਆ ਇਹ ਯਾਦ ਆਏ ਚਲੋ ਚਨਣਕੇ ਸਾਡੇ ਲਾਗੇ ਆ ਪਰ ਉੱਥੋਂ ਨਹੀਂ ਤੁਹਾਡਾ ਚਨਣਕੇ ਹੀ ਪੈਂਦਾ
ਐਸਾ ਨਹੀਂ ਤੁਹਾਡੇ ਪਿੰਡ ਦਾ ਨਹੀਂ ਗੱਲ ਪਰ ਮੈਂ ਤੁਹਾਡੇ ਪਿੰਡ ਦੇ ਲਾਗੋਂ ਹੀ ਆਇਆ ਮਾਤਾ ਜੀ ਚੰਗੀਆਂ ਮੇਰੇ ਲਾਗੇ ਹੀ ਆ ਕੋਈ ਨਹੀਂ ਤੁਹਾਨੂੰ ਤੁਹਾਡੇ ਪੇਕੇ ਖਾ ਕੇ ਲਿਆਵਾਂਗੇ ਜੀ ਅਸੀਂ ਅੱਛਾ ਸਾਰਿਆਂ ਨੂੰ ਅਸਲਾਮ ਵਾਲੇਕਮ ਜਿਹਦੇ ਵਸਦੇ ਰਹੋ ਮਹਾਰਾਜ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਅਤੇ ਅਸੀਂ ਛੇਤੀ ਵੀਜ਼ਾ ਲੈ ਕੇ ਆਵਾਂਗੇ ਫਿਰ ਅਤੇ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ ਅੱਜ ਗੱਲਾਂ ਬਾਤਾਂ ਮੇਰੇ ਕੋਲ ਪੂਰੀਆਂ ਹੋਈਆਂ ਨੇਗੀਆਂ ਕਿਉਂਕਿ ਟਾਈਮ ਬੜਾ ਥੋੜ੍ਹਾ ਵਾ ਇਜਾਜ਼ਤ ਜਿਹੜੀ ਮਿਲੀ ਸੀ ਉਹ ਥੋੜ੍ਹੀ ਆ ਅਤੇ ਦੂਜੀ ਜਿਹੜੀ ਫਿਰ ਮੈਂ ਸਾਰਾ ਪਰਿਵਾਰ ਲੈ ਕੇ ਆਊਂਗਾ ਅਤੇ ਫਿਰ ਸਾਰੇ ਇੱਥੇ ਪਵਾਂਗੇ ਗੱਲਾਂ ਬਾਤਾਂ ਚੰਗਾ ਜੀ।